जगदीप दी बकरी हैगी संदीप लै रहा दो सप कठे हो गए कहिंदे दो सप ने काले ने पीले मर्जी होंदा जे होंदा मेनू बाई कोई फोन ना करे भी बकरी बेचनी है ठीक है फिर तू इधर आ जा सपना नेड़े ना खड़ा ए ड्रामा नहीं सलामा है लाता मंडी दे सलामा की मंगया भाई गल बकरी च एक नुक्श है छोटा जा की नुक्श ठीक है छोटा भी नहीं कह सकते बड़ा वधिया नुक्स है पर मैं रखने वाला मैनू पता मैं रख लू बस वो ये चक्कर है कि मतलब ये बब्बर दी मैं ले इसे वजह ना ले रहा भी ये बब्बर दी क्रॉसिंग है मेरे बकरे दी क्रॉसिंग है ठीक है भी वधिया बच्चे थे तू बकरी जो नुक्स नहीं नखरे नखरे पखों कोई कमी नहीं क्या मगा दिया वो एंड पे दिखावागे भी किया एक नुक्सा बकरी जा चालू कर ली 18,000 रुपया लाता गल लाई जा जो मर्जी यह बसल के एक तरह की भी इतने देनी हुई है थोड़ा 19-21 का फर्क पै सकता मेरी गल सुन जगदीप आए तो चाहे 35 ले ला जरा सही रेट लाया मैं रेट दे मैं बकरी के पैसे नहीं लाए मैं बच्चे के पैसे लाए ने यार 20 मिनट तेरे नाल कोई लिहाज नहीं देख सीधी गल है भाई लिहाज वाली गल बाहर है 20 मिनट रुक जाने हां अच्छा मां जी भाई छोटे भाई 2 मिनट खड़ी बाबा मेरी एक गल सुन दियो तुसी ता ऊई गाजरां च गदा छड़ता एक आकरा एक चकरा है हुण आकरे नु और चकरे नु किवें मिलाइए कोई गल करिए बजा दी कर दे बकरी लेनी है देनी है ता भाई मैं तो मंडी से बेचने वास्ते लिया फिर मैं एक चे दस दे तू घट बेचनी नहीं पकाई का कोई मूल्य नहीं यार क्यों घट करे 2,000 घट दे दो ऐ नहीं गल बनती 1,700 ही बदला ला 19 दी ले ले 19 दी हो गई हां यार मैं तो बदला ले ला पूछा भी नहीं हो जे मैं रख ला देखो अंदर की है रब जानता है अंदर की दा मुंडा देऊगी मेमना देऊगी चाहे मुंडा मुंडे ही हो गया हो ਜਦੋਂ ਬੱਚਾ ਬਾਹਰੇ ਆ ਗਿਆ ਛੋਟੇ ਤੇ ਡੋਰ ਫੜ ਲਈ ਇਹਨੂੰ ਕੁਝ ਵੀ ਆ ਮੈਂ ਉਹੀ ਗੱਲ ਕਰਦਾ ਮੇਮਣਾ ਹੀ ਦੇਊਗੀ ਵਿਚਾਰੀ ਇਹਦੇ ਮੇਮਣੇ ਦੇ ਮੁੰਡੇ ਦੇ ਹੀ ਮੁੱਲ ਦੇ ਰਿਹਾ ਹੈ ਮੁੰਡਾ ਬਾਈ ਉਹਦਾ ਪਹਿਲਾਂ ਮੈਂ ਤਾਂ ਕਹਿ ਰਿਹਾ ਬਾਈ ਮੈਂ ਕਿਹੜਾ ਮੁੰਡੇ ਦਾ ਮੁੱਲ ਲੈ ਰਿਹਾ ਹਾਂ ਮੈਂ ਮੇਮਣਾ ਦੇਊਗੀ ਮੇਮਣਾ ਵਿਕ ਰਿਹਾ ਅੰਦਰ ਲਾ ਬਾਈ ਰਾਜੂ ਇਹਦੇ ਅੰਦਰ ਵਿਕ ਰਿਹਾ ਇਹਦਾ 2 ਮਿੰਟ ਖੜ ਜਾ ਬਾਈ ਬਾਈ ਗਾਮੀ ਕਮਾ ਹਾਂ ਦੂਰ ਹੋ ਜਾ ਯਾਰ आजा मंडी ची हाँ मंडी ची हाँ जी ओ भाई किधर भाग गया बेचनी है बकरी एक सुर च दस दे भी इन्हें बेच दे चल 2,000 घट दे दे 28 दी बाद मैं तो दलाली ते इथों भी लूं छड़दा नहीं इथों भी 150 लूं हक बनदा मेरा बेचनी है बकरी बेचनी है कानू एवें जाबां दे पेड़ करे ने इक चे नमेड दे नमेड दे नहीं जैलदार साहब नमेड दे गल ते मेरी ते खड़ेगा खड़ा नहीं पर गल उन्नी की करी पानी डांगा मारेगा फिर पानी डांगा नहीं मारदा जिन्हू चंगी लगे रख लियो इन महंगी लगे मोड़ दी
ਪਾਣੀ ਚ ਮਿੱਠਾ ਪਾ ਦੇ ਰਾਵ ਖੰਡ ਪਾ ਦੇ ਦੁੱਧ ਲਹਾਉਣ ਵਾਲੀ ਲੈ ਵੇ ਸਰਦਾਰ ਸਾਈ ਬਾ ਨਿਬੇੜ ਦਿਆ ਜਾਂ ਨਿਬੜ ਗਈ ਇੱਕ ਚ ਨਿਬੜ ਗਈ ਪਕਾਈਆਂ ਦਾ ਕੋਈ ਫਾਇਦਾ ਨੀ ਹੌਲੀ 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 ਟੰਬੇ ਚੜ ਕੇ ਉੱਥੇ ਜਾਣਾ ਪੈਂਦਾ ਕੇਰਾਂ ਚ ਵਗ ਜਾਂਦੇ ਛਾਲ ਮਾਰ ਕੇ ਨਵੇਰੇ ਤੇ ਬੱਚਾ ਵਿਕਦਾ ਸੀ ਇੱਕ ਮਿੰਟ ਮੈਨੂੰ ਕਹਿੰਦਾ ਇਹ ਜੇ ਕਦੇ ਹੀ ਜੰਮਦਾ ਕਹਿੰਦਾ ਡਿਬੇਟ ਕਰਦਾ ਡਿਬੇਟ ਕਰਦਾ ਕਹਿੰਦਾ ਕਰ ਡਿਬੇਟ ਹੁਣ ਓਏ ਇਹਨੇ ਤਾਂ ਜੰਮਿਆ ਨਹੀਂ ਫਿਰ ਇਹਨੇ ਤਾਂ ਜੰਮਿਆ ਨਹੀਂ ਓਏ ਇਹਨੇ ਜੰਮਿਆ ਨਹੀਂ ਇਹ ਉਹੇ ਜੀ ਜੰਮੂ ਗਰੰਟੀ ਆ ਲੈ ਗਰੰਟੀ ਲੈ ਹਾਂ ਲੈ 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 ਉਹਦਾ ਲੈਣ ਦੀ ਲੋੜ ਬੱਬਰ ਦੀ ਗਰੰਟੀ ਹੈ ਅੱਛਾ ਬੱਬਰ ਬੱਬੇ ਫੇਰ ਫੇਰ ਲੋਟ ਆ ਇਹ ਇੱਕਦਮ ਵਾਲੀ ਤੇ ਪੈਰ ਧਰਦਾ ਤੈਨੂੰ ਨਹੀਂ ਪਤਾ ਇਹ ਚਲ ਕੋਈ ਗੱਲ ਨਹੀਂ ਮਹਾਰਾਜ ਡਿਬੇਟ ਤਾਂ ਨਾ ਨਾ ਤੂੰ ਕਹਿੰਦਾ ਫਨੀਅਰ ਬਣਿਆ ਬੈਠਾ ਹੁਣ ਗੋਡੀਆਂ ਵਾਲੇ ਨੂੰ ਕਿਵੇਂ ਨਿਬੜ ਗਿਆ ਨਹੀਂ ਨਹੀਂ 20000 ਦੀ ਬੱਕਰੀ ਲਿਮਿਟ ਸੀ ਨਾ ਨਿਬੜ ਗਿਆ ਨਾ 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 ਨਿਬੜੀ ਨਹੀਂ ਪਰ ਇੱਥੇ ਕੀ ਫਰਕ ਰਹਿ ਗਿਆ ਇੱਕ ਕੰਮ ਕਰੀ 1000 ਰੁਪਿਆ ਕਰ ਇੱਕ ਕੰਮ ਕਰੀ ਇਹਨੇ ਤਾਂ 23 ਦੇਣਾ ਹੈ ਤੈਨੂੰ ਲੱਗੂਗੀ ਲੰਡੇ ਕਦੇ ਦੀ ਸੌ ਜਿਹੜਾ ਰੂੜੀਆਂ ਚ ਚਰੇ ਉਰਾ ਕਰ ਪੂਰੀ ਹੋ ਗਈ ਚੱਕ 24 ਦੀ ਬਸ ਲਿਹਾਜ ਲਿਹਾਜ ਦੇ ਹਿਸਾਬ ਨਾਲ ਲੈ ਜਾ ਕਹੂੰਗਾ ਮੈਂ ਬੱਕਰੀ ਦਿੱਤੀ ਸੀ ਯਾਦ ਕਰ ਤੈਨੂੰ ਬੱਕਰੀ ਰਾਜੂ ਦੇ ਲਿਹਾਜ ਹੈ ਪਹਿਲਾਂ ਕਹਿੰਦਾ ਲਿਹਾਜ ਦੇ ਹਿਸਾਬ ਨਾਲ ਲੈ ਜੇ ਆ ਵੀ ਨਹੀਂ ਲੈਂਦਾ ਨਾਲ ਕਹਿੰਦਾ ਹੈ ਨਹੀਂ ਲਿਹਾਜ ਫਿਰ ਮੈਂ ਤਾਂ 20 ਮਿੰਟ ਕੱਟ ਕੇ ਸੌਦਾ ਕਰ ਰਿਹਾ ਫਿਰ ਉਹੀ ਦੇ ਦੇ ਲਿਹਾਜ ਦੇ ਤੌਰ ਤੇ ਲੈ ਲਓ ਉਹੀ ਦੇ ਦੇ ਉਹੀ ਤਾਂ ਲੈ ਕੇ ਨਹੀਂ ਆ ਉਹੀ ਲੈ ਕੇ ਨਹੀਂ ਜਾਣੀ ਫਿਰ ਰਾਜੂ ਕਹੂ ਮੈਂ ਬੱਕਰੀ ਦਿੱਤੀ ਸੀ ਜੈਲਦਾਰ ਨੂੰ ਹਾਂ ਕਿਉਂ ਜੈਲਦਾਰ ਕਿਤੇ ਮਾਰਾ ਹੈ ਕਰਾਣੇ ਘਰ ਦਾ ਧੀ ਪੁੱਤ ਹੈ ਬਸ ਫਿਰ ਤਾਂ ਹੀ ਤਾਂ ਲੈਂਦੇ ਨਹੀਂ ਤਾਂ ਹੀ ਨਹੀਂ ਲੈਂਦੇ ਠੀਕ ਆ ਓਏ ਚਲ ਕੋਈ ਨਹੀਂ ਤੁਸੀਂ ਵਿਚਾਰ ਬਣਾ ਲਓ ਓ ਵਿਚਾਰ ਕਿੱਥੇ ਕਰੀਏ ਕਿੱਥੇ ਵਿਚਾਰ ਕਰੀਏ ਤੂੰ ਕਰਕੇ ਉਹਨਾਂ ਬਾਪੂ ਨਾਲ ਰਹਿ ਕਰਕੇ ਨਹੀਂ ਰੱਬ ਦੇ ਨਹੀਂ ਮੈਂ ਵੀ ਨਹੀਂ ਕਰਨੀ ਤਾਂ ਹੀ ਤਾਂ ਡਰਦਾ ਫੜ ਕੇ ਰੱਖ ਕਿੱਥੇ ਵਿਚਾਰ ਕਰੀਏ ਨੇ ਫੜ ਲਿਆ ਕੜਾ ਹੀ ਫੜ ਲਿਆ ਬੋਲ ਭੱਜ ਬਹੁਤ ਪੈਸੇ ਲਾਤੇ ਆ ਮੈਂ ਫੜ ਲੈਣਾ ਭੱਜ ਮੈਂ 2000 ਰੁਪਿਆ ਉਹੀ ਕੱਟ ਗਿਆ ਮੈਨੂੰ ਪਤਾ ਵੀ ਬੱਚਾ ਦੇਣੀ ਕਿਵੇਂ ਹੁਣ ਬੱਚਾ ਟਮਾਂਡੀ ਜੋ ਨਿਕਲਿਆ 20000 ਦਾ ਕਿੰਨੇ ਦਾ ਦੇਣੀ ਹੈ ਨਹੀਂ ਬਸ ਤਾਂ ਕੀ ਕਹਿਣੇ ਕੀ ਹੈ ਇਹ ਤਾਂ 28000 27000 25 ਇਹ ਤਾਂ ਮੈਨੂੰ ਪਤਾ ਕਿੱਥੇ ਕਹੀ ਜਾਂਦਾ ਹੈ ਹੁਣ ਇਹ ਤਾਂ 20000 ਨਾਲ ਮਹਿੰਗੀ ਹੋ ਜੂਗੀ ਕਿੱਥੇ ਕਰਨੀ ਹੈ ਕਿੱਥੇ ਕਿੱਥੇ ਹਾਂ ਬੋਲ ਬਸ ਤੂੰ ਮੈਨੂੰ ਪਤਾ ਬੱਕਰੀ 27 ਤੋਂ ਘੱਟ ਹੁੰਦੀ ਨੀ ਇੱਕੋ ਗੱਲ ਨੀ ਕਹਿਣਾ ਮੈਂ 25 ਦੀ ਵੀ ਨੀ ਹੈਗੀ ਜੇ ਤਾਂ ਲਿਹਾਜ਼ ਰੱਖਣੀ ਤਾਂ 25000 ਜਾਂ ਭਾਜਾ 25.5 ਦੀ ਹੋ ਗਈ ਜਾਂ ਭਾਜਾ ਹੁਣ ਜਾਂ ਥੋੜੀ ਪੈਂਦੇ ਬੰਦਾ ਬੁੜੇ ਨੇ ਫੜ ਲਿਆ ਬੰਦਾ ਜਿੱਤੇ ਦੀ ਬੁੜੇ ਨੇ ਫੜ ਲਿਆ ਓਏ ਹੋ ਗਈ ਬੰਦਾ ਬੁੜੇ ਨੇ ਫੜ ਲਿਆ ਨਹੀਂ ਡੀਪੇ ਦੀ ਮੈਨੂੰ ਪਤਾ ਵੀ ਫਿਰ ਦੁਬਾਰੇ ਬਲਾ ਕੱਲ ਨੂੰ ਕਹੇਗਾ ਖੋ ਕੇ ਬੱਕਰੀ ਯਾਰ ਸਾਡਾ ਚਾਹੇ ਰਾਜੂ ਆਪਾਂ ਨੇ ਤਾਂ ਖੋ ਲਈ ਚਾਹੇ ਲੈ ਲਈ ਹੁਣ ਤਾਂ ਮੰਨ ਹੋ ਗਈ ਹੁਣ ਵੇਚੀ ਗਈ ਆ ਕਿ ਖੋਹੀ ਗਈ ਰਾਜੂ 28000 ਦੀ ਬੱਕਰੀ ਲੈਂਦਾ ਇਹ ਬੰਦਾ ਯਾਰ ਮੈਂ ਹੁਣ ਉਹਨੂੰ ਵੀ ਨਹੀਂ ਮਰਵਾਉਂਦਾ ਆਪ ਇਹ 60 ਮੰਗਦਾ ਹੈ ਨਾ ਇੱਕ ਗੱਲ ਸੁਣੋ ਹੁਣ ਜਿਹਦਾ ਸੌਦਾ ਹੋ ਗਿਆ ਮੈਂ 30 ਦੀ ਵੀ ਨਹੀਂ ਛੱਡਦਾ ਜੀ ਹੁਣ ਤੂੰ ਆਏਂਗਾ ਤੂੰ 28 ਕਿਉਂ ਕਿਹਾ ਫਿਰ ਐਂ ਕਰ ਲੈ ਜੇ ਤੂੰ ਆਹ ਗੱਲ ਕਰਨੀ ਆ ਤੂੰ 28 ਕਿਉਂ ਕਿਹਾ ਮੈਂ 30 ਦੀ ਵੀ ਨਹੀਂ ਛੱਡਦਾ ਸੀ
ਸਾਡੇ ਬੱਚੀ ਦੀ ਹੋਈ ਹੈ ਉਹੀ ਨਹੀਂ ਗਏ ਸੌਦਾ ਹੋਇਆ ਸਾਡੇ ਬੱਚੀ ਦੀ ਹੋ ਗਈ ਫਿਰ ਐ ਹੋ ਜੂ ਬਹੁਤ ਸੌਦਾ ਹੋਇਆ ਜੀ ਦੀ ਕਹੀ ਹੈ 26 ਦੀ ਕਹੀ ਹੈ ਤਾਂ ਨਾ ਸਾਡੇ ਬੱਚੀ ਦੀ ਝੂਠ ਨਹੀਂ ਬੋਲਦੇ ਸਾਡੇ ਬੱਚੀ ਦੀ ਉਹ ਵੀ ਨਹੀਂ ਮਰਵਾਉਣਾ ਹੈਲੋ 2500 ਦਿਹਾੜੀ ਮਰਵਾ ਦੀ ਲੈ ਦਿਹਾੜੀ ਕਾਦੀ ਮਰ ਗਈ ਯਾਰ ਲੈ ਵੀ 25,500 ਯਾਰ ਮੇਰੀ ਬੱਕਰੀ ਹੋ ਗਈ ਆ ਬੱਕਰੀ ਦਿਖਾਈ ਦਿੰਦੀ ਪਾ ਆ ਯਾਰ ਆਹਾ ਉਹ ਤਾਂ ਸੁੱਚਾ ਹੈ ਤੂੰ ਜਮੀਨੀ ਤੂੰ ਜਮੀਨੀ ਜਿੱਦਣਾ ਓਏ ਇੱਕ ਦੇਖ ਬੱਬਰ ਦੀ ਕ੍ਰਾਸ ਹੋਵੇ ਇਹ ਲੱਖ ਮੰਗੂ बकरी दिखा दी बाबू बकरी दिखाने थोनू साढ़े 25,000 रुपये का मेवना बिक गया है बिचला क्यों समझी पा दिल आ गया भाई बकरी दे देखी बाबा इधर माल है बाबू कैमरा उधर बकरी चंगी है यार चाहे थान दूड़े है चंगी बकरी है 25,000 रुपये का सौदा होगा जगदीप भाई नाल खो के लैके आंदी है बकरी पता हों बकरी किवें लगी कमेंट करके जरूर दसो 25,000 रुपये का सौदा होगा लौंगोवाल बकरियां दी मंडी ते खड़ेंगे पहुंचेगा जरूर ठीक है संदीप ठीक है भाई धन्यवाद सत श्री अकाल बंदे किले